ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮਜੀਤ ਸਿੰਘ ਪਿੰਡ ਤੋੜ ਤਹਿਸੀਲ ਖਡੂਰ ਸਾਹਿਬ ਤਰਨ ਤਾਰਨ ਡਿਸਟ੍ਰਿਕਟ ਦਾ ਨੰਬਰਦਾਰ ਹਾਂ। ਮੇਰੀ ਸਰਕਾਰ ਨੂੰ ਇਹੋ ਬੇਨਤੀ ਹੈ ਕਿ ਮਾਣ ਭੱਤੇ ਦੇ ਵਿੱਚ ਵਾਧਾ ਕੀਤਾ ਜਾਵੇ ਹਰਿਆਣਾ ਦੀ ਤਰਜ਼ 'ਤੇ। ਹੋਰ ਵੀ ਜੋ ਸਹੂਲਤਾਂ ਵੰਜ ਸਟੇਟ ਵੱਲੋਂ ਮਿਲ ਰਹੀਆਂ ਹਨ ਉਹ ਮਿਲਣੀਆਂ ਚਾਹੀਦੀਆਂ। ਨੰਬਰਦਾਰ ਦੀ ਜ਼ਿੰਮੇਵਾਰੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਵੀ ਤਹਿਸੀਲਦਾਰ ਸਾਹਿਬ SDM ਸਾਹਿਬ ਕੁਝ ਦਿਨ ਨਹੀਂ ਬੈਠਦੇ ਅਤੇ ਡੇਲੀ ਜਾਣਾ ਪੈਂਦਾ ਹੈ। ਸਭ ਤੋਂ ਪਹਿਲਾਂ ਤਾਂ ਸਾਡੇ ਦਾਦਾ ਜੀ ਜੈਲ ਸਿੰਘ ਨੰਬਰਦਾਰ ਰਹਿ ਚੁੱਕੇ ਹਨ। ਉਸ ਤੋਂ ਬਾਅਦ ਸਾਡੇ ਚਾਚਾ ਜੀ ਸੀ ਬਲਕਾਰ ਸਿੰਘ, ਉਹਨਾਂ ਤੋਂ ਬਾਅਦ ਫਿਰ ਮੇਰੇ ਕੋਲ 2019 ਦੇ ਵਿੱਚ ਨੰਬਰਦਾਰੀ ਆਈ। ਮੈਂ ਸਭ ਤੋਂ ਪਹਿਲਾਂ ਤਾਂ ਖੇਤੀਬਾੜੀ ਬਾਰੇ ਜੋ ਬਿੱਲ ਪਾਸ ਹੋਏ ਆ ਉਹਦਾ ਵਿਰੋਧ ਕਰਦਾ ਅਤੇ ਪਿੰਡ ਦੀ ਪੰਚਾਇਤ ਦੇ ਤੌਰ 'ਤੇ ਵੀ ਅੱਜ ਮਤਾ ਪਾਇਆ ਗਿਆ ਵਾ ਅਤੇ ਉਹਨਾਂ ਚਿਰ ਵਿਰੋਧ ਹੁੰਦਾ ਰਹੂ ਜਿੰਨਾ ਚਿਰ ਇਹ ਆਰਡੀਨੈਂਸ ਪਾਸ ਕੈਂਸਲ ਨਹੀਂ ਹੋ ਜਾਂਦੇ, ਕਿਉਂਕਿ ਇਹਦੀ ਹਰ ਇੱਕ ਨੂੰ ਮਾਰ ਪੈਣੀ ਆ, ਕਿਸਾਨ ਮਜ਼ਦੂਰ ਸਾਰਿਆਂ 'ਤੇ ਇਹ ਤਾਂ ਅਸਰ ਪਊਗਾ। ਮਹਿੰਗਾਈ ਦੀ ਮਾਰ ਵੀ ਹੁਣ ਡੀਜ਼ਲ ਪੈਟਰੋਲ ਬਹੁਤ ਜ਼ਿਆਦਾ ਰੇਟ ਵੱਧ ਚੁੱਕੇ ਹਨ, ਖੇਤੀਬਾੜੀ 'ਤੇ ਵੀ ਇਸ ਦਾ ਬੁਰਾ ਅਸਰ ਪੈ ਰਿਹਾ ਵਾ। ਸਰਕਾਰ ਨੂੰ ਇਹੀ ਆ ਵੀ ਕੁਝ ਨਾ ਕੁਝ ਰਾਇਤ ਦਿੱਤੀ ਜਾਵੇ। 1500 ਨਾ ਆਉਂਦਾ ਜੀ ਐਤਕੀ, ਦੇਖ ਲਓ ਕਿ ਕਿੱਥੇ 25 ਕੁਇੰਟਲ ਦੇ ਕਰੀਬ ਨਿਕਲਦੀ ਸੀ ਅਤੇ ਐਤਕੀ 10 ਕੁਇੰਟਲ ਦੇ ਕਰੀਬ ਨਿਕਲ ਰਹੀ ਆ, ਔਰ ਰੇਟ ਵੀ ਪਿਛਲੇ ਸਾਲ ਨਾਲੋਂ ਬਹੁਤ ਘੱਟ ਆ। ਸਾਰਾ ਕੁਝ ਮਿਲਾ ਕੇ ਮਹਿੰਗਾਈ ਦੀ ਬਹੁਤ ਦੋਹਰੀ ਮਾਰ ਪੈ ਰਹੀ ਹੈ।